ਢਾਂਚਾ ਬਣਾਇਆ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਕਹਿਣ ਤੇ, ਉਹ ਡਿਫੰਕਟ ਹੈ। ਉਸ ਢਾਂਚੇ ਨੇ ਸਿਰਫ 1900 ਵੋਟ ਪਵਾਈ ਹੈ ਸ਼ਾਹਕੋਟ ਦੇ ਵਿੱਚ। ਦੋਹਰੇ ਮਾਪਦੰਡ ਸੀਗੇ, ਇਸ ਕਰਕੇ ਇਸ 'ਤੇ ਅਸੀਂ ਇਤਰਾਜ਼ ਜਤਾਇਆ। ਮੈਨੂੰ ਇਹ ਰਿਅਲਾਈਜੇਸ਼ਨ ਹੋ ਗਈ ਆ ਕਿ ਮੈਂ ਵੱਡਾ ਭਰਾ ਵਾਂ। ਕਿਉਂਕਿ ਉਦੋਂ ਤਾਂ ਮੈਨੂੰ ਈ ਨੇਤਾ ਕਹਿੰਦੇ ਸੀਗੇ, ਮੈਨੂੰ ਕਹਿੰਦੇ ਸੀਗੇ ਇਹ ਮੌਕਾ ਪ੍ਰਸਤ ਹੈ। ਟਵੀਟ ਕਰਕੇ, ਟੈਲੀਫੋਨਾਂ ਦੇ, ਵਟਸਐਪ ਦੇ ਉੱਤੇ ਲੀਡਰ ਆਫ ਆਪੋਜੀਸ਼ਨ ਦੇ ਲਾਉਣ ਨੂੰ ਕਦੀ ਵੀ ਪੰਜਾਬ ਦੇ ਲੋਕ ਪ੍ਰਵਾਨ ਨਹੀਂ ਕਰਦੇ। ਜਿਉਂ ਜਿਉਂ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਜਿਸ 'ਤੇ ਪਾਰਟੀਆਂ ਨੇ ਹੁਣ ਤੋਂ ਹੀ ਤਿਆਰੀ ਖਿੱਚਣੀ ਸ਼ੁਰੂ ਕਰ ਦਿੱਤੀ ਹੈ, ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਉਤਾਰਨ ਤੋਂ ਬਾਅਦ ਲਗਾਤਾਰ ਖਹਿਰਾ ਪਾਰਟੀ ਤੋਂ ਬਾਗੀ ਚੱਲ ਰਹੇ ਨੇ, ਅਤੇ ਪਿਛਲੇ ਦਿਨੀ ਚੰਡੀਗੜ੍ਹ 'ਚ ਹੋਈ ਕੋਰ ਕਮੇਟੀ ਦੀ ਮੀਟਿੰਗ 'ਤੇ ਵਰਕਰਾਂ ਨੂੰ ਆਸ ਜਾਗੀ ਸੀ ਕਿ ਹੁਣ ਪਾਰਟੀ ਇੱਕ ਹੋ ਜਾਵੇਗੀ, ਪਰ ਦੂਜੇ ਪਾਸੇ ਦਿੱਲੀ ਧੜੇ ਵੱਲੋਂ ਅਹੁਦੇਦਾਰੀਆਂ ਵੰਡਣ 'ਤੇ ਸੁਖਪਾਲ ਖਹਿਰਾ ਫਿਰ ਭੜਕ ਉੱਠੇ ਸੀ। ਅੱਜ ਸੰਗਰੂਰ ਪਹੁੰਚੇ ਸੁਖਪਾਲ ਖਹਿਰਾ ਨੇ ਫਿਰ ਦਿੱਲੀ ਧੜੇ 'ਤੇ ਵਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਪਾਰਟੀ ਦੇ ਲੀਡਰਾਂ ਦੀ ਸੁਲਾਹ ਹੋਣ ਦੀ ਗੱਲ ਕਹਿ ਰਹੇ ਨੇ, ਅਤੇ ਦੂਜੇ ਪਾਸੇ ਸਾਡੇ ਨਾਲ ਗੱਲ ਕਰਨ ਤੋਂ ਬਾਅਦ ਅਹੁਦੇਦਾਰੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਤੋਂ ਉਹਨਾਂ ਦੀ ਸੋਚ ਦਾ ਪਤਾ ਚੱਲਦਾ ਹੈ। ਨਹੀਂ, ਅਸੀਂ ਇਹ ਸਿਰਫ ਕਿਹਾ ਹੈ, ਇਸ ਤਰ੍ਹਾਂ ਮੈਂ ਇਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਇੱਕ ਪਾਸੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਸੁਲਾਹ ਹੋਣੀ ਚਾਹੀਦੀ ਆ, ਔਰ ਸੁਲਾਹ ਦਾ ਆਧਾਰ ਇਹ ਸੀਗਾ ਕਿ ਬਠਿੰਡੇ ਵਿੱਚ ਪਾਸ ਕੀਤੇ ਗਏ ਟੋਟਲ ਅਟੋਨਮੀ ਦੇ ਜਿਹੜੇ ਰੈਜ਼ੋਲੂਸ਼ਨ ਸੀਗੇ, ਮੁਕੰਮਲ ਖੁਦਮੁਖਤਿਆਰੀ ਉਹਦੇ ਵਿੱਚ ਆਉਂਦਾ ਸੀਗਾ ਕਿ ਜਿਹੜਾ ਢਾਂਚਾ ਬਣਾਇਆ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਕਹਿਣ 'ਤੇ, ਉਹ ਡਿਫੰਕਟ ਹੈ। ਉਹ ਉਸ ਢਾਂਚੇ ਨੇ ਸਿਰਫ 1900 ਵੋਟ ਪਵਾਈ ਹੈ ਸ਼ਾਹਕੋਟ ਦੇ ਵਿੱਚ। ਇਸ ਢਾਂਚੇ ਨੂੰ ਭੰਗ ਕਰਕੇ ਇੱਕ ਨਵਾਂ ਢਾਂਚਾ ਬਣਾਇਆ ਜਾਣਾ ਚਾਹੀਦਾ, ਪਰੰਤੂ ਗੱਲ ਕਰਨ ਤੋਂ ਬਾਅਦ ਚੰਦ ਘੰਟਿਆਂ ਵਿੱਚ ਇੱਕ ਪ੍ਰੈਸ ਰਿਲੀਜ਼ ਛੱਡਦੇ ਨੇ ਉਹ, ਜਿਹਦੇ 'ਚ 14 ਹੋਰ ਨਵੀਆਂ ਅਹੁਦੇਦਾਰੀਆਂ ਐਲਾਨੀਆਂ ਜਾਂਦੀਆਂ। ਸੋ ਇਹ ਡਬਲ ਸਟੈਂਡਰਡਸ ਨੇ, ਇਹ ਇੱਥੋਂ ਉਹਨਾਂ ਦੀ ਨੀਅਤ ਦੇ ਉੱਤੇ ਸ਼ੁਬਾ ਹੁੰਦਾ ਵਾ। ਇੱਕ ਪਾਸੇ ਆਪਾਂ ਗੱਲ ਕਰ ਰਹੇ ਹਾਂ, ਇੱਕ ਪਾਸੇ ਆਪਾਂ ਢਾਂਚਾ ਵਿਸਤਾਰ ਕਰੀ ਜਾਂਦੇ ਹਾਂ, ਜਦਕਿ ਉਹਦੇ ਵਿੱਚ ਸ਼ਰਤ ਹੈ ਕਿ ਢਾਂਚਾ ਭੰਗ ਕੀਤਾ ਜਾਵੇਗਾ। ਐਂ ਤਾਂ ਸਾਡੇ ਕੋਲ ਹੁਣ 26 ਦੇ 26 ਜ਼ਿਲ੍ਹਿਆਂ ਦੇ ਪ੍ਰਧਾਨ ਦੀ ਲਿਸਟ ਰੈਡੀ ਹੈ, ਸਾਡੇ ਕੋਲ 43 ਓਵਰਸੀਜ਼, ਨੌਰਥ ਅਮੈਰੀਕਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਟੋਟਲ ਓਵਰਸੀਜ਼ ਦਾ NRI ਵਿੰਗ ਰੈਡੀ ਆ। ਸਾਡੇ ਕੋਲ 6 ਤੋਂ ਲੈ ਕੇ 7 ਜਿਹੜੇ ਵਿੰਗਸ ਨੇ, ਕਿਸਾਨ ਵਿੰਗ, ਯੂਥ ਵਿੰਗ, ਔਰਤਾਂ ਦਾ ਵਿੰਗ, ਲੀਗਲ ਵਿੰਗ, ਸਾਰਾ ਕੁਝ ਤਿਆਰ ਆ। ਪਰ ਅਸੀਂ ਐਲਾਨ ਨਹੀਂ ਕੀਤਾ, ਅਸੀਂ ਰੋਕਤਾ, ਕਿਉਂਕਿ ਇਹ ਗੱਲ ਪਹਿਲਾਂ ਸਿਰੇ ਚੜ੍ਹਨੀ ਚਾਹੀਦੀ ਆ। ਜੇ ਗੱਲ ਨਹੀਂ ਸਿਰੇ ਚੜ੍ਹਦੀ, ਦੈਨ ਵੀ ਆਰ ਫ੍ਰੀ ਟੂ ਗੋ ਕਿ ਉਹ ਆਪਣਾ ਢਾਂਚਾ ਐਲਾਨ ਲੈਣ, ਅਸੀਂ ਆਪਣਾ ਢਾਂਚਾ ਐਲਾਨ ਲਈਏ। ਲੇਕਿਨ ਗੱਲ ਕਰਦਿਆਂ ਹੋਇਆਂ ਢਾਂਚਾ ਐਲਾਨਣਾ, ਇਹ ਕਿਤੇ ਨਾ ਕਿਤੇ ਦੋਹਰੇ ਮਾਪਦੰਡ ਸੀਗੇ, ਇਸ ਕਰਕੇ ਇਸ 'ਤੇ ਅਸੀਂ ਇਤਰਾਜ਼ ਜਤਾਇਆ। ਅਤੇ ਨਾਲ ਹੀ ਖਹਿਰਾ ਨੇ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਪਹਿਲਾਂ ਤਾਂ ਭਗਵੰਤ ਮਾਨ ਮੈਨੂੰ ਈ ਲੀਡਰ ਅਤੇ ਮੌਕਾ ਪ੍ਰਸਤ ਦੱਸਦੇ ਸੀ, ਅਤੇ ਹੁਣ ਸ਼ੁਕਰ ਹੈ ਕਿ ਉਹ ਆਪਣਾ ਮੈਨੂੰ ਭਰਾ ਮੰਨਦੇ ਨੇ, ਅਤੇ ਉਹਨਾਂ ਨੂੰ ਹੁਣ ਰਿਲਾਈਜ਼ ਹੋਇਆ ਹੈ। ਇਹ ਇੱਕ ਚੰਗੀ ਗੱਲ ਹੈ। ਅਸੀਂ ਉਹਨਾਂ ਨੂੰ 1 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਸਾਡੇ ਨਾਲ ਗੱਲ ਕਰ ਸਕਦੇ ਨੇ। ਅੱਛੀ ਗੱਲ ਆ, ਜੇ ਉਹਨਾਂ ਨੂੰ ਇਹ ਰਿਅਲਾਈਜੇਸ਼ਨ ਹੋ ਗਈ ਆ ਕਿ ਮੈਂ ਵੱਡਾ ਭਰਾ ਵਾਂ, ਕਿਉਂਕਿ ਜਿੱਦਣ ਪਹਿਲੇ ਦਿਨ ਉਹਨਾਂ ਨੇ ਹਮਲਾ ਕੀਤਾ ਸੀ, ਉਦੋਂ ਤਾਂ ਮੈਨੂੰ ਈ ਨੇਤਾ ਕਹਿੰਦੇ ਸੀਗੇ, ਮੈਨੂੰ ਕਹਿੰਦੇ ਸੀਗੇ ਇਹ ਮੌਕਾ ਪ੍ਰਸਤ ਹੈ। ਸ਼ੁਕਰ ਹੈ ਉਹਨਾਂ ਨੂੰ ਇਹ ਰਿਅਲਾਈਜੇਸ਼ਨ ਹੋ ਗਈ। ਮੈਂ ਤਾਂ ਬਹੁਤ ਦੇਰ ਦਾ ਕਹਿੰਦਾ ਕਿ ਮੇਰਾ ਛੋਟਾ ਵੀਰ ਹੈ, ਔਰ ਖੁਦਮੁਖਤਿਆਰੀ 'ਤੇ ਉਹਨਾਂ ਨੂੰ ਇਤਰਾਜ਼ ਕੀ ਹੈ? ਕਿਉਂ ਕਹਿੰਦੇ ਨੇ ਕਿ ਸਾਰਾ ਕੁਝ ਦਿੱਲੀਓਂ ਹੋਊਗਾ? ਕਿਉਂ ਕਹਿੰਦੇ ਨੇ ਕਿ ਟਿਕਟਾਂ ਦਿੱਲੀਓਂ ਆਉਣਗੀਆਂ? ਕਿਉਂ ਨਹੀਂ? ਇਹਦੀ ਤਾਂ ਪਹਿਲਕਦਮੀ ਸਾਡੇ ਵੱਲੋਂ ਸੀਗੀ ਜੀ। ਅਸੀਂ ਤਾਂ ਜਿਹੜੀ 5 ਮੈਂਬਰ ਕਮੇਟੀ ਆ ਉਹ 25 ਸਪਟੈਂਬਰ ਦੀ ਬਣਾਈ ਹੋਈ ਆ। 1 ਮਹੀਨੇ ਬਾਅਦ ਸਾਡੇ ਕੋਲ ਉਹਨਾਂ ਨੇ ਪਹੁੰਚ ਕੀਤੀ ਆ। ਉਹਨਾਂ ਨੇ 5 ਮੈਂਬਰ ਕਮੇਟੀ ਹੁਣ ਬਣਾਈ ਆ ਅਤੇ ਪਰਸੋਂ ਗੱਲ ਕੀਤੀ ਆ। ਕਹਿਣ ਨੂੰ ਤਾਂ ਉਹ ਰੋਜ਼ ਕਹਿੰਦੇ ਸੀ ਅਸੀਂ ਜਾ ਰਹੇ ਹਾਂ, ਮਿਲਣ ਘਰ ਜਾ ਰਹੇ ਹਾਂ, ਲੇਕਿਨ ਸਾਡੇ ਘਰ ਤੱਕ ਤਾਂ ਕੋਈ ਆਇਆ ਨਹੀਂ ਸੀਗਾ। ਪਰੰਤੂ ਇਹਦੇ ਬਾਵਜੂਦ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ। ਪਰੰਤੂ ਗੱਲਬਾਤ ਕਿਸੇ ਮੁੱਦੇ 'ਤੇ ਹੋਣੀ ਚਾਹੀਦੀ, ਨਾ ਕਿ ਕੋਈ ਅਹੁਦਿਆਂ 'ਤੇ ਜਾਂ ਇੱਧਰ ਇੰਡੀਵਿਜੁਅਲਸ ਦਾ ਕੋਈ ਇਹਦੇ 'ਚੋਂ। ਮੈਨੂੰ ਕਹਿੰਦੇ ਨੇ ਕਿ ਖਹਿਰਾ ਸਾਹਿਬ ਰੁੱਸੇ ਹੋਏ ਨੇ, ਅਸੀਂ ਮਨਾਵਾਂ, ਅਸੀਂ ਰੁੱਸੇ ਨਹੀਂ ਗਏ। ਅਸੀਂ ਉਹਨਾਂ ਦੇ ਨਾਲ ਡਿਫਰ ਕਰ ਰਹੇ ਹਾਂ। ਅਸੀਂ ਕਹਿੰਦੇ ਹਾਂ ਕਿ ਪੰਜਾਬੀਆਂ ਨੂੰ ਪੂਰਨ ਅਧਿਕਾਰ ਹੋਣਾ ਚਾਹੀਦਾ, ਉਹ ਕਹਿੰਦੇ ਨਹੀਂ ਦਿੱਲੀਓਂ ਅਧਿਕਾਰ ਹੋਣਾ ਚਾਹੀਦਾ। ਦ ਡਿਫਰੈਂਸਿਸ ਆਫ ਓਪੀਨੀਅਨ, ਇਟ ਇਜ਼ ਨੋਟ ਅਬਾਊਟ ਪਰਸਨਲ ਈਗੋਜ਼ ਐਟ ਆਲ। ਸਾਡੇ ਦਰਵਾਜ਼ੇ ਖੁੱਲ੍ਹੇ ਨੇ, ਪਹਿਲਾਂ ਉਹਨਾਂ ਨੂੰ ਆਪਣੀਆਂ ਜਿਹੜੀਆਂ 14 ਅਪੁਆਇੰਟਮੈਂਟਸ ਨੇ ਤਾਂ ਪਿੱਛੇ ਵੀ ਕੀਤੀਆਂ ਇਹਨਾਂ ਨੇ, ਜਿਹੜੀਆਂ ਜਦੋਂ ਦੇਖੋ ਕਮੇਟੀਜ਼ ਬਣਾਤੀਆਂ, ਉਹਦੇ ਤੋਂ ਬਾਅਦ ਕੋਈ ਵੀ ਵਿਸਥਾਰ ਕਰਨਾ ਵਾਜਿਬ ਨਹੀਂ ਸੀਗਾ। ਇਟ ਡਜ਼ਨਟ ਸ਼ੋ ਗੁੱਡ ਐਥਿਕਸ ਐਂਡ ਮੋਰੈਲਿਟੀ ਇਨ ਪੋਲੀਟਿਕਸ। ਉਹਨਾਂ ਨੂੰ ਵਿਦਡਰਾਅ ਕਰ ਲੈਣ, ਔਰ ਨੈਕਸਟ ਅਸੀਂ ਉਹਨਾਂ ਨੂੰ ਕਿਹਾ ਵਾ ਕਿ 1 ਨਵੰਬਰ ਤੱਕ ਸਾਡੇ ਦਰਵਾਜ਼ੇ ਖੁੱਲ੍ਹੇ ਨੇ, ਆਣ ਕੇ ਸਾਡੇ ਨਾਲ ਗੱਲਬਾਤ ਕਰ ਲੈਣ ਜਦੋਂ ਕਹਿਣਗੇ ਗੱਲ ਦੀ। ਹਾਂਜੀ ਹਾਂਜੀ ਹਾਂਜੀ, ਜਿਹੜੀ ਖੁਦਮੁਖਤਿਆਰੀ ਹੈ ਨਾ, ਉਹਦਾ ਮਤਲਬ ਇਹ ਆ ਕਿ LOP ਜਿਹੜੇ ਉਹ ਟੈਲੀਫੋਨ ਦੇ ਬਟਨਾਂ 'ਤੇ ਨਹੀਂ ਬਦਲ ਜਾਣਗੇ। ਪੰਜਾਬ ਦੀ ਖੁਦਮੁਖਤਿਆਰੀ ਦਾ ਮਕਸਦ ਇਹ ਆ, ਮਤਲਬ ਇਹ ਆ ਕਿ ਟੋਟਲ ਢਾਂਚਾ ਭੰਗ, 100% ਅਟੋਨਮੀ, ਜਿਸ ਵਿੱਚ ਟੋਟਲ ਨਵੇਂ ਸਿਰੇ ਤੋਂ ਢਾਂਚਾ ਪੰਜਾਬ ਦਾ ਬਣੇਗਾ, ਔਰ ਲੀਡਰ ਆਫ ਆਪੋਜੀਸ਼ਨ 20 MLA ਚੁਣਨਗੇ। ਉਹ 20 ਬੰਦੇ ਚੰਡੀਗੜ੍ਹ 'ਚ ਬੈਠ ਕੇ ਕਿਸੇ ਨੂੰ ਚੁਣ ਲੈਣ, ABCDE, ਲੇਕਿਨ ਜਿਹੜਾ ਟਵੀਟ ਕਰਕੇ ਟੈਲੀਫੋਨਾਂ 'ਤੇ ਵਟਸਐਪ ਦੇ ਉੱਤੇ
ਲੀਡਰ ਆਫ ਆਪੋਜੀਸ਼ਨ ਦੇ ਲਾਉਣ ਨੂੰ ਕਦੀ ਵੀ ਪੰਜਾਬ ਦੇ ਲੋਕ ਪ੍ਰਵਾਨ ਨਹੀਂ ਕਰਨਗੇ। ਉੱਧਰ ਦੂਜੇ ਪਾਸੇ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਇੱਧਰ ਆਪ ਪਾਰਟੀ ਦਾ ਆਪਸੀ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਖਹਿਰਾ ਦੇਣਾ ਬਾਗੀ ਸੁਰਾਂ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਬੇਬਸ ਜਾਪਦੇ ਨੇ। ਸ਼ਾਇਦ ਇਸ ਦਾ ਖਮਿਆਜਾ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ 'ਚ ਭੁਗਤਣਾ ਪੈ ਸਕਦਾ ਏ। ਸੰਗਰੂਰ ਤੋਂ ਗੁਲਜ਼ਾਰ ਮੱਲੀ ਦੀ ਰਿਪੋਰਟ, ਚੈਨਲ ਪੰਜਾਬ।